ਇਹ ਕਿਤੇ ਨਾ ਪਿਛਲੇ ਪਾਸੇ ਦੀ ਆ ਗਿਆ ਜੀ, ਪਿਛਲੇ ਪਾਸੇ ਦੀ ਆ ਕੇ ਤੇ ਪਿਛਲੇ ਪਾਸੇ ਚੜ ਗਿਆ ਜੀ। ਇਹਨੂੰ ਵਾਜਾ ਵੂਜਾ ਵੀ ਦਿੱਤੀਆਂ ਪਰ ਸਾਡੇ ਗੱਲ ਹੀ ਨਹੀਂ ਸੁਣੀ, ਸਾਡੀ ਗੱਲ ਨਹੀਂ ਸੁਣੀ। ਅਸੀਂ ਵਾਜਾ ਦਿੱਤੀਆ, ਵਾਜਾ ਦਿੰਦੇ 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 ਤਾਂ ਚੜ ਗਿਆ ਜੀ ਇਹ ਬੰਦਾ। ਫਿਰ ਅਸੀਂ ਆਪਦੇ ਸਿਰਾਂ ਨੂੰ ਫੋਨ ਲਾਇਆ ਸਾਰਿਆਂ ਨੂੰ ਟੋਟਲ, ਵੀ ਅਸੀਂ ਇੱਕ ਬੰਦਾ ਆ ਗਿਆ ਜੀ। ਸਾਡਾ ਕੰਮ ਤਾਂ ਜੀ ਜਿਹੜਾ ਹੈਗਾ ਅਸੀਂ ਤਾਂ ਉਹ ਕਰਦੇ ਹਾਂ ਜੀ, ਦੱਸਣਾ ਵੀ ਆਹ ਗੱਲ ਭਾਈ ਆਹ ਲਾਈਟ ਜਾਵੜੀ ਹੈ ਜਾਂ ਸਾਨੂੰ ਆਹ ਪ੍ਰੋਬਲਮ ਆ ਜਾਂ ਆਹ ਗੱਲਬਾਤ ਹੈ ਜੀ। ਹਾਂਜੀ, ਐਂਟਰੀ ਤੋਂ ਬਿਨਾਂ ਲੰਘਣ ਨਹੀਂ ਦਿੰਦੇ, ਰਜਿਸਟਰ ਸਾਡੇ ਕੋਲੇ ਆ ਜੀ। ਹਾਂਜੀ, ਇਹ ਹੋਊਗਾ ਜੀ ਸਾਡੇ ਹਿਸਾਬ ਨਾਲ ਕੋਈ 2-2.5 ਫੁੱਟ ਉੱਚਾ ਹੋਊਗਾ, ਕਾਫੀ ਉੱਚਾ ਜੀ। ਇਹ ਸਾਰੀਆਂ ਕੰਪਨੀਆਂ ਜੀ ਸਰ 5 ਸਾਲ ਪਹਿਲਾਂ ਵੀ ਇਹ ਚੜਿਆ ਸੀਗਾ ਜੀ, ਕੋਈ ਘਰੇਲੂ ਮਸਲਾ ਇਹਨਾਂ ਦਾ ਹੈਗਾ, ਕਦੇ ਕੁਛ ਇਹ ਕਹਿ ਦਿੰਦਾ ਵੀ ਮੈਨੂੰ ਕਿਸੇ ਨੇ ਤਨਖਾਹ ਨਹੀਂ ਦਿੱਤੀ ਜਿਹਨਾਂ ਕੋਲ ਲੱਗਿਆ, ਕਦੇ ਕਹਿ ਦਿੰਦਾ ਮੇਰਾ ਕੋਈ ਸਾਲੀ ਨਾਲ ਕੋਈ ਰੌਲਾ ਹੈਗਾ, ਘਰੇਲੂ ਮਸਲਾ ਇਦਾਂ ਦਾ ਕਰਕੇ ਕਾਫੀ ਪਹਿਲਾਂ ਵੀ 3-4 ਘੰਟੇ ਪਹਿਲਾਂ ਚੜਿਆ ਹੈਗਾ, ਉਦੋਂ ਵੀ ਪੁਲਿਸ ਕਾਫੀ ਆਈ ਸੀਗੀ ਜੀ, ਆਏ ਸੀ ਉਹ ਵੀ ਨਾਲ ਆਏ ਸੀ, ਕੋਈ ਹੋ ਗਈ ਸੀ ਇਹਨਾਂ ਨੇ ਮਿੰਤ ਤਰਲਾ ਉਹਨਾਂ ਨੇ ਕੀਤਾ ਇਹਨਾਂ ਦਾ, ਫਿਰ ਫੋਨ ਤੇ ਗੱਲ ਕਰਾਈ ਐ ਸੱਚ ਸਾਹਿਬ ਨੇ ਤੇ ਉਸ ਤੋਂ ਬਾਅਦ ਇਹ ਥੱਲੇ ਉਤਰਿਆ, ਪਰ ਜੇ ਉਦੋਂ ਹੀ ਕਰਨ ਦੀ ਸਖਤਾਈ ਕੀਤੀ ਜਾਂਦੀ ਤੇ ਅੱਜ ਇਹ ਫਿਰ ਦੁਆਰ ਤੋਂ ਨਾ ਛੱਡਦਾ, ਠੀਕ ਆ। ਉਦੋਂ ਇਹਨਾਂ ਨੂੰ ਪੁਲਿਸ ਨੇ ਰਹਿਮ ਕਰਕੇ ਛੱਡਤਾ ਇਹਨਾਂ ਨੂੰ, ਤੇ ਅੱਜ ਫਿਰ ਇਹੀ ਦੁਆਰ ਤੋਂ ਉਹੀ ਹਰਕਤ ਸੇਮ ਆ ਜੀ। ਪੁਲਿਸ ਵੀ ਵਾਰ ਵਾਰ ਖੱਜਲ ਖਰਾਬ ਹੋ ਰਹੀ ਆ, ਲੋਕੀ ਸਾਰੇ ਇੰਨੇ ਖੱਜਲ ਖਰਾਬ ਹੋ ਰਹੇ ਆ ਕਿ ਆਹ ਵਿਚਾਰੇ ਆ ਬਾਈ ਨੇ ਵੀ ਪਿਛਲੇ ਸਾਲ ਇਹਨਾਂ ਨੇ ਲਾਇਆ, ਵੇਖੋ ਜੀ ਆਹ ਬੰਦੇ ਨੇ ਚੜ੍ਹ ਕੇ ਟਾਵਰ ਦੇ ਉੱਪਰ ਲਾਇਆ। ਇਹਨਾਂ ਦਾ ਕੋਈ ਪਰਿਵਾਰਕ ਡਿਸਪਿਊਟ ਆਇਆ ਇਹਦੇ ਮੁਤਾਬਕ ਜਿੱਦਾਂ ਇਹ ਦੱਸ ਰਿਹਾ ਜੀ, ਮਤਲਬ ਉਸ ਕਰਕੇ ਤੇ ਵੈਸੇ ਡਰਿੰਕ ਡਰੁੰਕ ਵੀ ਕੀਤੀ ਆ, ਪਹਿਲਾਂ ਵੀ ਪਤਾ ਲੱਗਿਆ ਸੀਗਾ 2 ਵਾਰੀ ਪਹਿਲਾਂ ਵੀ ਚੜਿਆ ਹੋਇਆ ਕਹਿੰਦੇ, ਮਤਲਬ ਕਿ ਹੋ ਸਕਦਾ ਥੋੜ੍ਹਾ ਕੋਈ ਦਿਮਾਗੀ ਤੌਰ 'ਤੇ ਕਈ ਵਾਰੀ ਪਰੇਸ਼ਾਨ ਹੋ ਸਕਦਾ, ਮੈਡੀਕਲ ਪ੍ਰੋਬਲਮ ਵੀ ਹੋ ਸਕਦੀ ਆ। ਹੁਣ ਅਸੀਂ ਇਹਨੂੰ ਕਾਫੀ ਮਤਲਬ ਕਾਉਂਸਲਿੰਗ ਕੀਤੀ, ਇੰਗੇਜ ਕੀਤਾ ਸੀ ਇਹਨੂੰ ਤਾਂ ਜੋ ਜਿਹੜਾ ਹੈਗਾ ਧਿਆਨ ਵਟਾਇਆ ਜਾਵੇ, ਇਹਨਾਂ ਨੂੰ ਇਹਦੀ ਡਰਿੰਕ ਵਗੈਰਾ ਲੈ ਜੂਗੀ, ਇਹਦੇ ਫਾਦਰ ਸਾਹਿਬ ਤੋਂ ਵੀ ਅਪੀਲ ਕਰਾਈ ਆ। ਤਾਂ ਹੁਣ ਬਾਕੀ ਜੇ ਕੋਈ ਫੈਮਿਲੀ ਮੈਂਬਰ ਦੀ ਹੋਰ ਦੀ ਮੰਨੂਗਾ, ਫੋਨ ਤੇ ਵੀ ਹਾਂਜੀ ਮੈਂ ਜਾਂ ਆਪਣਾ ਨੰਬਰ ਦੇ ਦੇ ਜਾਂ ਸਾਡਾ ਨੰਬਰ ਲੈ ਲਾ, ਪਰ ਪਤਾ ਨਹੀਂ ਜੀ ਇਹਦੇ ਮਾਇੰਡ ਦੇ ਵਿੱਚ ਕੀ ਚੱਲ ਰਿਹਾ ਅਤੇ ਚਾਹੁੰਦਾ ਕੀ, ਹਜੇ ਤੱਕ ਕੋਈ ਡਿਮਾਂਡ ਨਹੀਂ ਖਾਸ ਰੱਖੀ ਨਹੀਂ ਵੀ ਜਿਹਦੀ ਵਜ੍ਹਾ ਕਰਕੇ ਜਿਹਨੂੰ ਆਪਾਂ ਇਹਨੂੰ ਉਹ ਕਰਾਂਗੇ। ਜੇ ਅਸੀਂ ਕਿਹਾ ਵੀ ਜੇ ਤੇ ਕੋਈ ਦਿੱਕਤ ਹੈਗੀ ਅਸੀਂ ਦੂਰ ਕਰਾਂਗੇ, ਮਤਲਬ ਮੇਰੇ ਹਿਸਾਬ ਨਾਲ ਮੈਨੂੰ ਲੱਗਦਾ ਸ਼ਾਇਦ ਜਾਤੀ ਤੌਰ 'ਤੇ ਮੈਨੂੰ ਜਾਣਦਾ ਉਹ, ਕਮਿਊਨੀਕੇਸ਼ਨ ਸਹੀ ਕੀਤਾ ਪਰ ਸਾਨੂੰ ਪ੍ਰੋਪਰ ਸਹੀ ਗੱਲ ਨਹੀਂ ਦੱਸ ਰਿਹਾ ਵੀ ਮਤਲਬ ਕਿ ਚਾਹੁੰਦਾ ਕੀ।